ਪਰਮ ਸਤਿਕਾਰਯੋਗ ਗੁਰੂ ਕੇ ਸਾਜੇ ਨਿਵਾਜੇ ਪੰਥ ਖਾਲਸਾ ਜੀ, ਆਓ ਸਾਰੇ ਹੀ ਬਹੁਤ ਹੀ ਸਤਿਕਾਰਯੋਗ ਸੰਤ ਮਹਾਂਪੁਰਸ਼ ਪੰਥਕ ਆਗੂ ਸਾਹਿਬਾਨ, ਬੱਚੇ ਬਜ਼ੁਰਗ, ਨੌਜਵਾਨ, ਮਾਤਾਵਾਂ, ਬੀਬੀਆਂ, ਭੈਣਾਂ, ਜੋ ਅੱਜ ਬਰਗਾੜੀ ਦੀ ਧਰਤੀ ਤੇ ਇਨਸਾਫ ਮੋਰਚੇ ਦੇ 65ਵੇਂ ਦਿਨ ਤੇ ਹਾਜ਼ਰੀਆਂ ਭਰ ਰਹੇ ਆ। ਦਸ਼ਮੇਸ਼ ਪਿਤਾ ਸਰਬੰਸ ਦਾਨੀ ਅੰਮ੍ਰਿਤ ਦੇ ਦਾਤੇ ਧੰਨ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਬਖਸ਼ਿਸ਼ ਕੀਤੀ ਹੋਈ ਪਾਵਨ ਪਵਿੱਤਰ ਗੁਰਫਤਿਹ ਦੀ ਸਾਂਝ ਕਰੋ। ਕੋਈ ਵੀ ਰਸਨਾ ਵਾਂਝੀ ਨਾ ਰਹੇ, ਜਿੱਥੋਂ ਤੱਕ ਆਵਾਜ਼ ਜਾਂਦੀ ਹੈ ਸਾਰੀਆਂ ਹੀ ਸਿੱਖ ਸੰਗਤਾਂ ਬੜੇ ਅਦਬ ਸਤਿਕਾਰ ਨਾਲ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਹਾਜ਼ਰ ਨਾਜ਼ਰ ਜਾਣਦੇ ਹੋਏ ਸਾਰੀਆਂ ਸੰਗਤਾਂ ਮਿਲ ਕੇ ਗੱਜ ਕੇ ਬੁਲੰਦ ਆਵਾਜ਼ ਦੇ ਵਿੱਚ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸਾਰਿਆਂ ਨੂੰ ਪਤਾ ਕਿ ਬਰਗਾੜੀ ਦੀ ਦਾਣਾ ਮੰਡੀ ਵਿੱਚ ਪਿਛਲੀ ਇੱਕ ਜੂਨ ਤਾਂ ਜੋ ਇਹ ਇਨਸਾਫ ਮੋਰਚਾ ਚੱਲ ਰਿਹਾ ਅੱਜ 65ਵੇਂ ਦਿਨ ਵਿੱਚ ਦਾਖਲ ਹੋਇਆ। ਆਪ ਸਰਬੱਤ ਸੰਗਤਾਂ ਦੇਸ਼ ਵਿਦੇਸ਼ ਤੋਂ, ਮਾਝੇ ਮਾਲਵੇ ਦੁਆਬੇ ਚੋਂ, ਦੂਜੀਆਂ ਸਟੇਟਾਂ ਚੋਂ, ਪੰਜਾਬ, ਹਰਿਆਣਾ, ਰਾਜਸਥਾਨ, ਯੂਪੀ, ਉੱਤਰਾਖੰਡ, ਹਿਮਾਚਲ, ਜੰਮੂ ਕਸ਼ਮੀਰ ਦੀ ਧਰਤੀ ਤੋਂ ਵੱਖ ਵੱਖ ਥਾਵਾਂ ਤੋਂ ਪਹੁੰਚ ਕੇ ਇੱਥੇ ਹਾਜ਼ਰੀਆਂ ਲਵਾ ਰਹੇ ਆ, ਇਨਸਾਫ ਦੀ ਆਵਾਜ਼ ਨੂੰ ਬੁਲੰਦ ਕਰਦੇ ਹੋਏ ਇਸ ਇਨਸਾਫ ਮੋਰਚੇ ਦਾ ਸਮਰਥਨ ਕਰ ਰਹੇ ਆ। ਅਸੀਂ ਆਪ ਸਾਰਿਆਂ ਦਾ ਜਥੇਦਾਰ ਭਾਈ ਜਗਤਾਰ ਸਿੰਘ ਜੀ ਹਵਾਰਾ, ਜਥੇਦਾਰ ਭਾਈ ਧਿਆਨ ਸਿੰਘ ਜੀ ਮੰਡ, ਜਥੇਦਾਰ ਭਾਈ ਅਮਰੀਕ ਸਿੰਘ ਜੀ ਅਜਨਾਲਾ ਅਤੇ ਦਾਸ ਆਪਣੇ ਵੱਲੋਂ ਅਸੀਂ ਆਪ ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ ਚੋਂ ਹਾਰਦਿਕ ਧੰਨਵਾਦ ਕਰਦੇ ਹਾਂ। ਗੁਰੂ ਪਿਆਰਿਓ, ਆਪ ਸਾਰਿਆਂ ਨੇ ਪਹਿਲੇ ਦਿਨ ਤੋਂ ਬੜਾ ਸਮਰਥਨ ਦਿੱਤਾ। ਅੱਜ ਭਾਵੇਂ ਇਸ ਇਨਸਾਫ ਮੋਰਚੇ ਨੂੰ 65ਵਾਂ ਦਿਨ ਆ, ਪਰ ਸਿੱਖ ਸੰਗਤਾਂ ਵਹੀਰਾਂ ਘੱਤ ਕੇ ਰੋਜ਼ਾਨਾ ਇੱਥੇ ਪਹੁੰਚਦੀਆਂ ਨੇ ਤੇ ਬਹੁਤ ਸਾਰੇ ਸਿੰਘ ਜੋ ਦਿਨ ਰਾਤ ਜਥੇਦਾਰ ਭਾਈ ਧਿਆਨ ਸਿੰਘ ਜੀ ਮੰਡ ਦੇ ਨਾਲ ਇੱਥੇ ਮੋਰਚੇ ਤੇ ਡਟੇ ਬੈਠੇ ਆ, ਆਪਣੇ ਕੰਮ ਕਾਜ ਛੱਡ ਕੇ ਇਨਸਾਫ ਦੀ ਆਵਾਜ਼ ਨੂੰ ਬੁਲੰਦ ਕਰ ਰਹੇ ਨੇ। ਤਿੰਨੇ ਮੁੱਖ ਮੰਗਾਂ ਨੇ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾਵੇ, ਸਿੰਘਾਂ ਨੂੰ ਸ਼ਹੀਦ ਕਰਨ ਵਾਲੇ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾਵੇ ਅਤੇ ਜਿਹੜੇ ਸਾਡੇ ਬੰਦੀ ਸਿੰਘ ਆ ਉਹਨਾਂ ਦੀਆਂ ਰਿਹਾਈਆਂ ਕੀਤੀਆਂ ਜਾਣ। ਜਿਹੜੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਹੋਣ ਦੇ ਬਾਵਜੂਦ ਭਾਰਤ ਦੇ ਦੋਹਰੇ ਕਾਨੂੰਨ ਦੇ ਦੋਹਰੇ ਮਾਪਦੰਡਾਂ ਦਾ ਸ਼ਿਕਾਰ ਹੋ ਰਹੇ ਆ ਕਿ ਘੱਟ ਗਿਣਤੀਆਂ ਨਾਲ ਕਾਨੂੰਨ ਹੋਰ ਤੇ ਬਹੁ ਗਿਣਤੀਆਂ ਦੇ ਨਾਲ ਹੋਰ, ਇਹ ਇਨਸਾਫ ਮੋਰਚੇ ਦੀਆਂ ਮੰਗਾਂ ਨੇ। ਇਹ ਇਨਸਾਫ ਮੋਰਚਾ ਪਹਿਲੇ ਦਿਨ ਤੋਂ ਹੀ ਇਨਸਾਫ ਦੀ ਆਵਾਜ਼ ਨੂੰ ਬੁਲੰਦ ਕਰਨ ਵਾਸਤੇ ਔਰ ਨਾਲੋ ਨਾਲ ਗੁਰਮਤ ਪ੍ਰਚਾਰ, ਅੰਮ੍ਰਿਤ ਸੰਚਾਰ ਦੀ ਗੱਲ, ਨਸ਼ਿਆਂ ਤੋਂ ਰਹਿਤ ਕਰਨ, ਖੰਡੇ ਬਾਟੇ ਦਾ ਅੰਮ੍ਰਿਤ ਛਕਣ ਤੇ ਸਾਬਤ ਸੂਰਤ ਹੋਣ ਦੀ ਪ੍ਰੇਰਨਾ ਦਿੰਦਾ ਆ ਰਿਹਾ। ਹਰ ਐਤਵਾਰ ਨੂੰ ਅੰਮ੍ਰਿਤ ਸੰਚਾਰ ਹੋ ਰਿਹਾ, ਕੱਲ ਨੂੰ ਵੀ ਗੁਰਦੁਆਰਾ ਕੌਲਸਰ ਸਾਹਿਬ ਵਿਖੇ ਅੰਮ੍ਰਿਤ ਸੰਚਾਰ ਹੋਣਾ।
ਇਹ ਇਨਸਾਫ ਮੋਰਚਾ ਜਿੱਥੇ ਬੇਅਦਬੀ ਦੇ ਦੋਸ਼ੀਆਂ ਦੀ ਗ੍ਰਿਫਤਾਰੀ, ਸਿੰਘਾਂ ਨੂੰ ਸ਼ਹੀਦ ਕਰਨ ਵਾਲੇ ਦੋਸ਼ੀਆਂ ਦੀ ਗ੍ਰਿਫਤਾਰੀ, ਬੰਦੀ ਸਿੰਘਾਂ ਦੀ ਰਿਹਾਈਆਂ ਦੀ ਗੱਲ ਕਰਦਾ ਹੈ, ਉੱਥੇ ਜੋ ਵੀ ਇਸ ਇਨਸਾਫ ਮੋਰਚੇ ਚ ਆ ਰਿਹਾ, ਸਾਰਿਆਂ ਨੂੰ ਨਸ਼ਿਆਂ ਤੋਂ ਰਹਿਤ ਹੋਣ, ਸਾਬਤ ਸੂਰਤ ਹੋਣ, ਵਹਿਮਾਂ ਭਰਮਾਂ ਪਖੰਡਾਂ ਤੇ ਪਖੰਡੀ ਗੁਰੂਆਂ ਨੂੰ ਛੱਡ ਕੇ ਖੰਡੇ ਬਾਟੇ ਦਾ ਅੰਮ੍ਰਿਤ ਛੱਕ ਕੇ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਲੜ ਲੱਗਣ ਦੀ ਪ੍ਰੇਰਨਾ ਕਰਦਾ, ਜਿਸ ਦੇ ਸਦਕਾ ਹਰ ਐਤਵਾਰ ਬੇਅੰਤ ਪ੍ਰਾਣੀ ਖੰਡੇ ਬਾਟੇ ਦਾ ਅੰਮ੍ਰਿਤ ਛੱਕ ਕੇ ਗੁਰੂ ਕੇ ਜਹਾਜ਼ੇ ਚੜ ਰਹੇ ਹੈ। ਇਹ ਇਸ ਬਰਗਾੜੀ ਇਨਸਾਫ ਮੋਰਚੇ ਦੀਆਂ ਪ੍ਰਾਪਤੀਆਂ ਨੇ। ਬਰਗਾੜੀ ਕਾਂਡ ਦੀ ਗੱਲ, ਬਹਿਬਲ ਦੀ ਗੱਲ, ਜੋ ਸਰਕਾਰਾਂ ਨੇ ਕੀਤਾ ਤੁਹਾਡੇ ਸਾਹਮਣੇ ਹੈ। ਸੀਬੀਆਈ ਜਾਂਚ ਨੂੰ ਰੱਦ ਕਰ ਦਿੱਤਾ ਗਿਆ ਜਥੇਦਾਰਾਂ ਵੱਲੋਂ, ਪੰਥ ਵੱਲੋਂ, ਜਥੇਬੰਦੀਆਂ ਸੰਗਤਾਂ ਵੱਲੋਂ, ਇਸ ਬਰਗਾੜੀ ਦੇ ਇਨਸਾਫ ਮੋਰਚੇ ਵੱਲੋਂ। ਸਿੰਘਾਂ ਦੀਆਂ ਰਿਹਾਈਆਂ, ਪਰੋਲਾਂ, ਜੇਲ੍ਹ ਤਬਦੀਲੀਆਂ ਦੀ ਗੱਲ ਚੱਲ ਰਹੀ ਹੈ। ਗੁਰੂ ਕਿਰਪਾ ਕਰੇ, ਆਉਣ ਵਾਲੇ ਸਮੇਂ ਦੇ ਅੰਦਰ ਜਿੱਥੇ ਬਰਗਾੜੀ ਤੇ ਬਹਿਬਲ ਦਾ ਇਨਸਾਫ, ਉੱਥੇ ਪੰਜਾਬ ਸਰਕਾਰ ਨੂੰ ਸਾਡੇ ਸਿੰਘਾਂ ਦੀਆਂ ਜੇਲ੍ਹ ਤਬਦੀਲੀਆਂ, ਪੈਰੋਲਾਂ ਤੇ ਰਿਹਾਈਆਂ ਵੀ ਕਰਨੀਆਂ ਪੈਣੀਆਂ ਨੇ। ਆਉਣ ਵਾਲੇ ਦਿਨਾਂ ਦੇ ਅੰਦਰ ਸਾਰਾ ਕੁਝ ਸਾਹਮਣੇ ਹੋਵੇਗਾ, ਨਹੀਂ ਤੇ ਪੰਜਾਬ ਸਰਕਾਰ, ਕੇਂਦਰ ਸਰਕਾਰ ਦਾ ਹੁਣ ਖਹਿੜਾ ਨਹੀਂ ਛੁੱਟਣਾ। ਇਹ ਪੰਥ ਖਾਲਸਾ ਤੇ ਇਨਸਾਫ ਪਸੰਦ ਸਾਰੇ ਲੋਕ ਜਿਨ੍ਹਾਂ ਨੇ ਇਸ ਇਨਸਾਫ ਮੋਰਚੇ ਦਾ ਸਮਰਥਨ ਕੀਤਾ, ਉਹ ਸਾਰੇ ਇਸ ਇਨਸਾਫ ਦੀ ਆਵਾਜ਼ ਨੂੰ ਬੁਲੰਦ ਕਰ ਰਹੇ ਹੈ। ਜਿੱਥੇ ਪਦਤ ਪੁਣੇ ਤੋਂ, ਵਹਿਮਾਂ ਭਰਮਾਂ ਪਖੰਡਾਂ ਤੋਂ ਰਹਿਤ ਹੋਣ ਦਾ ਉਪਦੇਸ਼ ਇਸ ਇਨਸਾਫ ਮੋਰਚਾ ਦਿੰਦਾ, ਮੈਂ ਬੇਨਤੀ ਕਰੂੰਗਾ ਉੱਥੇ, ਕਿਉਂਕਿ ਸਾਡੇ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਨੇ ਇਨਵਾਇਰਮੈਂਟ ਦੀ ਗੱਲ ਕੀਤੀ ਹੈ। ਪਾਣੀ ਸਾਫ਼ ਸੁਥਰਾ ਹੋਵੇ, ਦਰਖਤ ਲਾਏ ਜਾਣ, ਔਰ ਘੋਲ ਕਬੱਡੀਆਂ ਸਰੀਰਕ ਤੌਰ ਤੇ ਰਿਸ਼ਟ ਪੁਸ਼ਟ ਤੰਦਰੁਸਤ ਹੋਣ ਲਈ ਮੱਲ ਅਖਾੜਾ ਖਡੂਰ ਸਾਹਿਬ ਦੀ ਧਰਤੀ ਤੇ ਗੁਰੂ ਅੰਗਦ ਦੇਵ ਮਹਾਰਾਜ ਨੇ ਰਚਿਆ। ਇਹ ਇਨਸਾਫ ਮੋਰਚਾ ਜਥੇਦਾਰ ਭਾਈ ਧਿਆਨ ਸਿੰਘ ਮੰਡ ਦਾਸ ਤੇ ਅਸੀਂ ਸਾਰੇ ਜਿੰਨੀਆਂ ਸੰਗਤਾਂ ਆਈਆਂ ਤੇ ਜਿੰਨੀਆਂ ਆਵਾਜ਼ ਸੁਣਦੀਆਂ, ਮੈਂ ਬੇਨਤੀ ਕਰੂੰਗਾ ਕਿ ਸਾਰੇ ਆਪੋ ਆਪਣੇ ਨਗਰਾਂ ਚ ਸੜਕਾਂ ਦੇ ਉੱਪਰ ਪਿੰਡਾਂ ਦੇ ਵਿੱਚ ਰੁੱਖ ਵੀ ਲਾਏ ਜਾਣ, ਜਿਨ੍ਹਾਂ ਰੁੱਖਾਂ ਨੂੰ ਬੜਾ ਧੜਾ ਧੜ ਕੱਟਿਆ ਜਾ ਰਿਹਾ, ਸੜਕਾਂ ਵੱਡੀਆਂ ਬਣ ਰਹੀਆਂ, ਰੁੱਖ ਕੱਟੇ ਜਾ ਰਹੇ ਹੈ, ਔਰ ਸਾਡੀ ਧਰਤੀ ਜਿਹੜੀ ਗੁਰਮੁਖ ਪਿਆਰਿਓ ਔਰ ਧਰਤੀ ਤੇ ਰਹਿਣ ਵਾਲੇ ਜੀਵਾਂ ਦਾ ਜੋ ਹਸਰ ਹੋ ਰਿਹਾ ਤੁਹਾਡੇ ਸਾਹਮਣੇ ਹੈ। ਆ ਸੜਕ ਵੱਡੀ ਬਣ ਗਈ ਬਠਿੰਡੇ ਤੋਂ ਅੰਮ੍ਰਿਤਸਰ ਸਾਹਿਬ ਨੂੰ, ਬੜੀ ਮੌਜ ਹੈ। ਸਮੇਂ ਦੀ ਬਚਤ ਹੁੰਦੀ ਹੈ, ਪਰ ਰੱਬ ਨਾ ਕਿਤੇ ਰਾਹ ਚ ਕਿਤੇ ਗੱਡੀ ਖਰਾਬ ਹੋ ਜੇ ਤੇ ਕਿਹੜੇ ਦਰਖਤ ਦੀ ਛਾਂ ਹੇਠ ਖੜੋਗੇ, ਦਰਖਤ ਕੋਈ ਨਹੀਂ ਹੈ। ਇਹਨਾਂ ਸੜਕਾਂ ਤੇ ਬੋਰਡ ਲਾਏ ਜਾਣ, ਨਿੰਮਾਂ ਲਾਈਆਂ ਜਾਣ, ਪਿੱਪਲ ਲਾਏ ਜਾਣ, ਸ਼ਾਨਦਾਰ ਦਰਖਤ ਜਿੱਥੇ ਕਿਤੇ ਕੋਈ ਸੇਵਾ ਕਰ ਸਕਦਾ, ਆਪਣੀ ਧਰਤੀ ਤੇ ਆਪਣੇ ਸਮਾਜ ਦੀ ਸੇਵਾ, ਆਪਣੇ ਆਪ ਦੀ ਸੇਵਾ। ਕਿਉਂਕਿ ਗੁਰਮੁਖੋ, ਜੇ ਤੁਸੀਂ ਸੜਕ ਤੇ ਜਾਂ ਘਰ ਜਾਂ ਜ਼ਮੀਨ 'ਚ ਇੱਕ ਨਿੰਮ ਦਾ ਦਰਖਤ ਲਾ ਦਿੱਤਾ, ਸਮਝੋ ਤੁਸੀਂ ਐਂਟੀਬਾਇਓਟਿਕ ਫੈਕਟਰੀ ਲਾ ਦਿੱਤੀ ਇੱਕ ਗੁਰਮੁਖ ਪਿਆਰੇ, ਕਿਤੇ ਬੋਰਡ ਲਾ ਦਿੱਤਾ, ਪਿੱਪਲ ਲਾ ਦਿੱਤਾ। ਆ ਪਿੱਪਲ ਦੇ ਦਰਖਤ ਨੂੰ ਸਾਡੇ ਬ੍ਰਾਹਮਣ ਵੀਰ ਤੇ ਬ੍ਰਾਹਮਣ ਕਹਿ ਕੇ ਕਹਿੰਦੇ ਸੀ, ਕੱਟਣਾ ਨਹੀਂ ਪਰ ਗੁਣ ਨਹੀਂ ਸੀ ਦੱਸਦੇ। ਇਹ ਪਿੱਪਲ ਇੱਕੋ ਇੱਕ ਦਰਖਤ ਆ ਜਿਹੜਾ 24 ਘੰਟੇ ਆਕਸੀਜਨ ਛੱਡਦਾ, ਬਾਕੀ ਦਰਖਤ 12 ਘੰਟੇ ਆਕਸੀਜਨ ਖਿੱਚਦੇ ਆ ਤੇ 12 ਘੰਟੇ ਆਕਸੀਜਨ ਛੱਡਦੇ ਆ।
ਇਹ ਪਿੱਪਲ ਦਾ ਦਰਖਤ ਹੈ ਜਿਹੜਾ ਜਿਹੜੇ ਅੱਜ ਵੇਖਣ ਨੂੰ ਨਹੀਂ ਮਿਲਦੇ ਪਿੱਪਲ ਤੇ ਬੋੜ ਦੇ ਦਰਖਤ। ਇਹ ਪਿੱਪਲ ਦਾ ਦਰਖਤ ਹੈ, ਇਹ ਕੋਈ ਬ੍ਰਾਹਮਣ ਨਹੀਂ, ਇਹ ਚੰਗਾ ਦਰਖਤ ਹੈ, ਤਾਂ ਕਰਕੇ ਬ੍ਰਾਹਮਣਾਂ ਨੇ ਆਪਣੇ ਖਾਤੇ ਪਾ ਲਿਆ। ਪਰ ਇਹ ਜਿਹੜਾ ਪਿੱਪਲ ਦਾ ਦਰਖਤ ਹੈ, 24 ਘੰਟੇ 8 ਪੈਰ ਆਕਸੀਜਨ ਸੜਦਾ ਜਿਹਦੀ ਸਾਨੂੰ ਲੋੜ ਹੈ। ਇਹ ਜੇ ਨਿੰਮ ਦਾ ਦਰਖਤ ਲਾ ਤਾ, ਬੋੜ ਲਾ ਤਾ, ਪਿੱਪਲ ਲਾ ਤਾ, ਸਮਝੋ ਤੁਸੀਂ ਗੁਰਮੁਖ ਪਿਆਰੇ, ਇਹ ਜਿਹੜਾ ਇਹ ਗੁਰਮੁਖ ਪਿਆਰੇ ਇੱਕ ਫੈਕਟਰੀ ਲਾ ਦਿੱਤੀ ਐਂਟੀਬਾਇਓਟਿਕ ਦੀ, ਆਕਸੀਜਨ ਦੀ ਫੈਕਟਰੀ ਲਾ ਦਿੱਤੀ ਤੁਸੀਂ, ਔਰ ਸਾਨੂੰ ਛਾਂ ਦਾ ਵੀ ਸੁੱਖ, ਸਾਨੂੰ ਇਸ ਤੋਂ ਮਿਲਣ ਵਾਲੀ ਆਕਸੀਜਨ ਦਾ ਵੀ ਸੁੱਖ। ਸੋ ਇਹ ਇਨਸਾਫ ਮੋਰਚਾ ਸਾਰੇ ਜਥੇਦਾਰ ਸਾਹਿਬਾਨ ਆਪ ਜੀ ਨੂੰ ਬੇਨਤੀ ਕਰਦੇ, ਆਪੋ ਆਪਣੇ ਨਗਰਾਂ ਪਿੰਡਾਂ ਸ਼ਹਿਰਾਂ ਤੇ ਸੜਕਾਂ ਵਿੱਚ ਵੱਧ ਤੋਂ ਵੱਧ ਰੁੱਖ ਵੀ ਲਾਏ ਜਾਣ, ਪਾਣੀ ਦਾ ਬਚਾਓ ਕੀਤਾ ਜਾਵੇ, ਸਾਫ਼ ਸੁਥਰਾ ਪਾਣੀ, ਪਹਿਲਾ ਪਾਣੀ ਜੀਓ ਹੈ ਜਿੱਤ ਹਰਿਆ ਸਭ ਕੋਈ। ਸੋ ਆਓ ਜਿੰਨੇ ਵੀ ਮਹਾਂਪੁਰਸ਼ਾਂ ਜਾਏ ਹੈ ਇਸ ਇਨਸਾਫ ਮੋਰਚੇ ਦੇ 65ਵੇਂ ਦਿਨ, ਤੀਸਰੇ ਮਹੀਨੇ ਚ ਮੋਰਚਾ ਚੱਲ ਰਿਹਾ, ਮਹਾਂਪੁਰਸ਼ ਵੀ ਨਹੀਂ ਥੱਕੇ, ਸੰਗਤਾਂ ਵੀ ਨਹੀਂ ਥੱਕੀਆਂ, ਸਾਰੇ ਲਗਾਤਾਰ ਕਾਫਲੇ ਬਣਾ ਕੇ ਆ ਰਹੇ। ਅੱਜ ਸਤਿਕਾਰਯੋਗ ਮਹਾਂਪੁਰਸ਼ ਬਾਬਾ ਹਰੀ ਸਿੰਘ ਨਾਨਕ ਸਰ ਜੀਰੇ ਵਾਲੇ ਉਹ ਜਥੇ ਸਮੇਤ ਆਏ ਹੈ, ਸਤਿਕਾਰਯੋਗ ਬਾਬਾ ਬਲਕਾਰ ਸਿੰਘ ਭਾਗੋਕਿਆਂ ਵਾਲੇ ਜਥੇ ਸਮੇਤ ਗੁਰਮੁਖ ਪਿਆਰੇ ਉਹ ਆਏ ਹੈ, ਬਾਬਾ ਬੋੜ ਸਿੰਘ ਜੀ ਤੂਤਾਂ ਵਾਲੇ ਜਥੇ ਸਮੇਤ ਕਈ ਕਈ ਵਾਰ ਜਥੇ ਲੈ ਕੇ ਲੰਗਰਾਂ ਦੀਆਂ ਰਸਤਾਂ ਬਸਤਾਂ ਲੈ ਕੇ ਲੰਗਰ ਪੜਾ ਪਾ ਕੇ ਬਣਾ ਕੇ ਲੈ ਕੇ ਆਉਂਦੇ ਹੈ, ਉਹਨਾਂ ਦਾ ਵੀ ਧੰਨਵਾਦ। ਬਾਬਾ ਰਾਜਾ ਰਾਜ ਸਿੰਘ ਜੀ ਮਾਲਵਾ ਤਰਨਾ ਦਲ ਅਰਬਾਂ ਖਰਬਾਂ ਨਿਹੰਗ ਸਿੰਘ ਘੋੜਿਆਂ ਦੇ ਸਮੇਤ ਦਲ ਪੰਥ ਲੈ ਕੇ ਇੱਥੇ ਹਾਜ਼ਰ ਨੇ, ਘੋੜ ਸਵਾਰ ਘੋੜ ਦੌੜਾਂ, ਜਿੱਦਣ ਮੋਰਚਾ ਫਤਿਹ ਹੋਇਆ ਕਹਿੰਦੇ ਮਹੱਲਾ ਕੱਢਣਾ ਉੱਤੇ ਵੱਡੀ ਪੱਧਰ ਦੇ ਉੱਤੇ ਇਸ ਮੋਰਚੇ ਨੂੰ ਸਫਲਤਾ ਨਾਲ ਸਮਾਪਤ ਕਰਦਿਆਂ। ਸੋ ਉਹਨਾਂ ਦਾ ਵੀ ਧੰਨਵਾਦ। ਬਾਬਾ ਬੂਟਾ ਸਿੰਘ ਜੀ ਜੋਧਪੁਰੀ ਤੇ ਬਾਬਾ ਪ੍ਰਦੀਪ ਸਿੰਘ ਜੀ ਚਾਂਦਪੁਰਾ ਜੋ ਕਥਾ ਕੀਰਤਨ ਦੀ ਵੀ ਸੇਵਾ ਨਿਭਾਉਂਦੇ ਹੈ, ਲਗਾਤਾਰ ਜਥਿਆਂ ਦੇ ਰੂਪ ਵਿੱਚ ਇੱਥੇ ਆ ਰਹੇ, ਉਹਨਾਂ ਦਾ ਵੀ ਧੰਨਵਾਦ। ਬਾਬਾ ਮੋਹਨਦਾਸ ਜੀ ਬਰਗਾੜੀ ਵਾਲੇ ਜਿਹੜੇ ਲਗਾਤਾਰ ਹਾਜ਼ਰੀ ਭਰਦੇ ਆ, ਔਰ ਅੱਜ ਆਪਣੇ ਵਿਵੇਕ ਸਕੂਲ ਬਰਗਾੜੀ ਦੇ ਬੱਚਿਆਂ ਸਮੇਤ ਸਟਾਫ ਸਮੇਤ, ਜਿਵੇਂ ਕੱਲ ਗੁਰਮੁਖ ਪਿਆਰੇ ਭਾਈ ਦਾਨ ਸਿੰਘ ਸਕੂਲ ਮਾਣੂਕੇ ਦੇ ਬੱਚੇ ਪ੍ਰਿੰਸੀਪਲ ਅਧਿਆਪਕ ਇੱਥੇ ਆਏ ਸਨ, ਅੱਜ ਗੁਰਮੁਖ ਪਿਆਰੇ ਵਿਵੇਕ ਸਕੂਲ ਬਰਗਾੜੀ ਬੱਚਿਆਂ ਸਮੇਤ ਟੀਚਰਾਂ ਸਮੇਤ ਇੱਥੇ ਹਾਜ਼ਰੀ ਭਰੀ ਹੈ, ਉਹਨਾਂ ਦਾ ਵੀ ਅਸੀਂ ਧੰਨਵਾਦ ਕਰਦੇ ਹਾਂ। ਬਹੁਤ ਸਾਰੇ ਗੁਰਮੁਖ ਪਿਆਰੇ ਜੋ ਲਗਾਤਾਰ ਇੱਥੇ ਸੇਵਾਵਾਂ ਨਿਭਾ ਰਹੇ ਹੈ, ਭਾਈ ਜਸਕਰਨ ਸਿੰਘ ਕਾਨ ਸਿੰਘ ਵਾਲਾ, ਭਾਈ ਜਸਵਿੰਦਰ ਸਿੰਘ ਸਾਹੋ ਕੇ, ਸੁਖਰਾਜ ਸਿੰਘ ਨਿਆਮੀ ਵਾਲਾ, ਰਣਜੀਤ ਸਿੰਘ ਬਾਂਦਰ ਤੇ ਜਗਦੀਪ ਸਿੰਘ ਭੁੱਲਰ ਜੋ ਸਟੇਜ ਦੀ ਅਣਥੱਕ ਸੇਵਾ ਭਾਈ ਜਸਕਰਨ ਸਿੰਘ ਨਿਭਾ ਰਹੇ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜਨਰਲ ਸਕੱਤਰ ਨੇ, ਨਾਲੇ ਪਾਰਟੀ ਚ ਸੇਵਾਵਾਂ ਤੇ ਨਾਲੇ ਇਸ ਮੋਰਚੇ ਦੀ ਸਟੇਜ ਦੀਆਂ ਸੇਵਾਵਾਂ ਲਗਾਤਾਰ ਕਰ ਰਹੇ ਹੈ, ਉਹਨਾਂ ਦਾ ਵੀ ਅਸੀਂ ਧੰਨਵਾਦ ਕਰਦੇ ਹਾਂ। ਭਾਈ ਗੁਰਚਰਨ ਸਿੰਘ ਭੁੱਲਰ, ਤਜਿੰਦਰ ਸਿੰਘ ਦਿਓਲ ਤੇ ਉਹਨਾਂ ਦੇ ਸਾਰੇ ਸਾਥੀ ਜੋ ਅੱਜ ਗੁਰਮੁਖ ਪਿਆਰੇ ਫਿਰੋਜ਼ਪੁਰ ਤੋਂ ਵੱਡਾ ਜਥਾ ਲੈ ਕੇ ਭਾਈ ਗਿਆਨ ਸਿੰਘ ਮੰਡ ਇੱਥੇ ਪਹੁੰਚੇ ਹੈ, ਅਸੀਂ ਉਹਨਾਂ ਸਾਰਿਆਂ ਦਾ ਧੰਨਵਾਦ ਕਰਦੇ ਹਾਂ। ਗੁਰਮੁਖ ਪਿਆਰੇ ਜੋ ਜਥੇ ਲੈ ਕੇ ਇੱਥੇ ਪਹੁੰਚੇ ਹੈ, ਫਿਰੋਜ਼ਪੁਰ ਤੋਂ ਜਥਾ ਆਇਆ, ਮਲਕੇ ਪਿੰਡ ਤੋਂ ਬੀਬੀਆਂ ਤੇ ਭਾਈਆਂ ਦਾ ਜਥਾ ਆਇਆ, ਜੀਰੇ ਤੋਂ ਜਥਾ ਪਹੁੰਚਿਆ, ਅਕਲੀਆ ਕਲਾਂ ਤੋਂ ਸੰਗਤਾਂ ਪਹੁੰਚੀਆਂ ਜਥਾ ਪਹੁੰਚਿਆ, ਇਸੇ ਤਰ੍ਹਾਂ ਗੁਰੂ ਕੇ ਲੰਗਰਾਂ ਦੀ ਸੇਵਾ ਅਕਾਲੀ ਦਲ ਅੰਮ੍ਰਿਤਸਰ, ਫਤਿਹਗੜ੍ਹ ਸਾਹਿਬ, ਭਾਈ ਕਰਨੈਲ ਸਿੰਘ ਕਨੇਡਾ,
ਔਰ ਪੰਥਕ ਸੇਵਾ ਲਹਿਰ ਦਾਦੂ ਸਾਹਿਬ ਜਥੇਬੰਦੀ ਔਰ ਸਰਬਜੀਤ ਸਿੰਘ ਜੀ ਗਤਕਾ ਕੋਚ ਔਰ ਬੈਲਜੀਅਮ ਦੀ ਸੰਗਤ ਭਾਈ ਦਵਿੰਦਰ ਸਿੰਘ ਬੈਲਜੀਅਮ ਗੁਰਦੁਆਰਾ ਕੌਲਸਰ ਸਾਹਿਬ ਬਰਗਾੜੀ ਤੇ ਡੇਰਾ ਬਾਬਾ ਰਾਮ ਪ੍ਰਕਾਸ਼ ਬਰਗਾੜੀ ਜੋ ਪੱਕੇ ਤੌਰ ਤੇ ਸੇਵਾਵਾਂ ਉੱਥੇ ਹੀ ਪਿੰਡ ਠੱਠੀ ਭਾਈ ਤੋਂ ਗੁੰਦਾਰਾ ਨਗਰ ਤੋਂ ਜੈਤੋ ਤੋਂ ਗੁਰਦੁਆਰਾ ਗੰਗਸਰ ਜੈਤੋ ਤੋਂ ਵਿਕਾਰ ਸੇਵਾ ਵਾਲੇ ਬਾਬਾ ਕੁਲਵੰਤ ਸਿੰਘ ਸੇਵਾ ਨਿਭਾ ਰਹੇ ਹੈ। ਵਾਂਦਰ ਪਿੰਡ ਤੋਂ ਕੋਰੇ ਵਾਲਾ ਪਿੰਡ ਤੋਂ ਔਰ ਭਾਗੋਕਿਆਂ ਤੋਂ ਪਿੰਡ ਸੰਕੋਜਲਾ ਕਪੂਰਥਲੇ ਤੋਂ ਦੁਆਬੇ ਤੋਂ ਗੁਰੂ ਕੇ ਲੰਗਰਾਂ ਦੀ ਸੇਵਾ ਲੈ ਕੇ ਪਹੁੰਚੇ ਹੈ। ਬਾਬਾ ਬੋੜ ਸਿੰਘ ਜੀ ਲੰਗਰਾਂ ਦੀ ਸੇਵਾ ਲੈ ਕੇ ਪਹੁੰਚੇ ਹੈ। ਭਾਈ ਕਾਕਾ ਸਰਾਵਾਂ ਤੋਂ ਲੰਗਰ ਲੈ ਕੇ ਸੇਵਾ ਪਹੁੰਚੇ, ਅਸੀਂ ਉਹਨਾਂ ਦਾ ਵੀ ਦਿਲ ਦੀਆਂ ਗਹਿਰਾਈਆਂ ਚ ਧੰਨਵਾਦ ਕਰਦੇ ਹਾਂ। ਇਸੇ ਤਰ੍ਹਾਂ ਸਾਡੇ ਰਾਗੀ ਢਾਡੀ ਕਮਿਸ਼ਨਰ ਵੀਰ ਭਾਈ ਅਵਤਾਰ ਸਿੰਘ ਖਾਲਸਾ ਧਾਰੀਵਾਲ ਕਮਿਸ਼ਨਰੀ ਜਥਾ, ਭਾਈ ਜਤਿੰਦਰਪਾਲ ਸਿੰਘ ਜੀ ਸੈਦਾ ਰੋਹੇਲਾ ਫਿਰੋਜ਼ਪੁਰ ਤੋਂ ਕੀਰਤਨੀ ਜਥਾ, ਢਾਡੀ ਭਾਣ ਸਿੰਘ ਜੀ ਭੌਰਾ ਲੌਂਗੋਵਾਲ ਤੋਂ ਢਾਡੀ ਜਥਾ, ਭਾਈ ਰੋਸ਼ਨ ਸਿੰਘ ਰੋਸ਼ਨ ਮਹਿਲਾ ਦਾ ਕਵੀਸਰੀ ਜਥਾ, ਇਹਨਾਂ ਨੇ ਵੀ ਇੱਥੇ ਹਾਜ਼ਰੀ ਲਵਾਈ ਹੈ। ਭਾਈ ਦਰਸ਼ਨ ਸਿੰਘ ਦਲੇਰ, ਸਾਧੂ ਸਿੰਘ ਧੰਮੋ, ਰਣਜੀਤ ਸਿੰਘ ਮੌੜ ਮੰਡੀ ਜੋ ਲਗਾਤਾਰ ਸੇਵਾਵਾਂ ਨਿਭਾਉਂਦੇ ਆ ਗੁਰਮੁਖ ਪਿਆਰੇ, ਅਸੀਂ ਇਹਨਾਂ ਸਾਰਿਆਂ ਜਥਿਆਂ ਦਾ, ਆਏ ਮਹਾਂਪੁਰਸ਼ਾਂ ਦਾ, ਆਏ ਪੰਥਕ ਆਗੂ ਸਾਹਿਬਾਨਾਂ ਦਾ ਦਿਲ ਦੀਆਂ ਗਹਿਰਾਈਆਂ ਚੋਂ ਅਸੀਂ ਧੰਨਵਾਦ ਕਰਦੇ ਹਾਂ। ਭਾਈ ਨਿਸ਼ਾਨ ਸਿੰਘ ਖਾਲਸਾ ਸੈਦਾ ਰੋਹੇਲਾ ਔਰ ਭਾਈ ਗੁਰਨਾਮ ਸਿੰਘ ਖਾਲਸਾ ਸੈਦਾ ਰੋਹੇਲਾ, ਭਾਈ ਨਿਰਮਲ ਸਿੰਘ ਸਰਪੰਚ ਬੁੱਕਣ ਵਾਲਾ, ਭਾਈ ਬਲਵੰਤ ਸਿੰਘ ਸਿਵੀਆਂ ਮਨਸੂਰ ਵਾਲਾ ਨਗਰ ਤੋਂ ਗੁਰਮੁਖ ਪਿਆਰੇ ਜਥਾ ਔਰ ਸੰਗਤਾਂ ਜੀਰੇ ਤੋਂ ਹੋਰ ਬਹੁਤ ਸਾਰੇ ਨਗਰਾਂ ਤੋਂ ਇੱਥੇ ਜਥੇ ਪਹੁੰਚੇ ਹੈ ਔਰ ਜੋ ਲਗਾਤਾਰ ਸੇਵਾਵਾਂ ਨਿਭਾ ਰਹੇ ਹੈ। ਭਾਈ ਬੋੜ ਸਿੰਘ ਭੁੱਟੀ ਵਾਲਾ, ਭਾਈ ਬਲਵੀਰ ਸਿੰਘ ਸਰਾਵਾਂ ਜੋ ਮੈਡੀਕਲ ਦੀ ਸੇਵਾ ਲਗਾਤਾਰ, ਭਾਈ ਸੁਖਦੇਵ ਸਿੰਘ ਪੰਜਗਰਾਈ, ਭਾਈ ਬਲਮ ਸਿੰਘ ਖੋਖਰ ਸ਼ਾਜਲੀ ਤੋਂ ਔਰ ਜਿਹੜੇ ਲਗਾਤਾਰ ਦਿਨ ਰਾਤ ਇੱਥੇ ਸੇਵਾਵਾਂ ਨਿਭਾ ਰਹੇ ਹੈ ਸਿੰਘ, ਉਹਨਾਂ ਸਾਰਿਆਂ ਦਾ ਅਸੀਂ ਦਿਲ ਦੀਆਂ ਗਹਿਰਾਈਆਂ ਚੋਂ ਧੰਨਵਾਦ ਕਰਦੇ ਹਾਂ। ਜੋ ਪੱਤਰਕਾਰ ਵੀਰ ਬਰਗਾੜੀ ਤੋਂ ਔਰ ਨਾਲ ਹੀ ਗੁਰਮੁਖ ਪਿਆਰੇ ਅਕਾਲ ਚੈਨਲ, ਸਿੱਖ ਚੈਨਲ, ਕੇ ਟੀਵੀ, ਢਾਈ ਆਮ ਤੇ ਵਾਜੇ ਕੌਮ ਵੈਬ ਚੈਨਲ ਤੇ ਵੱਖ ਵੱਖ ਅਖਬਾਰਾਂ ਦੇ ਪੱਤਰਕਾਰ ਵੀਰ ਜੋ ਲਗਾਤਾਰ ਇੱਥੇ ਸੇਵਾਵਾਂ ਨਿਭਾ ਰਹੇ ਔਰ ਨਿਰਪੱਖ ਖਬਰਾਂ, ਭਾਈ ਅਮਨ ਗੁਲਾਟੀ ਔਰ ਲਖਵਿੰਦਰ ਸ਼ਰਮਾ, ਸੁਖਰਾਜ ਗੁੰਦਾਰਾ, ਮਨਪ੍ਰੀਤ ਸਿੰਘ ਜੋ ਬਰਗਾੜੀ ਤੋਂ, ਉਹਨਾਂ ਸਾਰਿਆਂ ਵੀਰਾਂ ਦਾ ਅਸੀਂ ਧੰਨਵਾਦ ਕਰਦੇ ਹਾਂ। ਬਾਬਾ ਬੂਟਾ, ਬਾਬਾ ਚਮਕੌਰ ਸਿੰਘ ਜੀ, ਭਾਈ ਰੂਪਾ, ਜਿਨ੍ਹਾਂ ਤੇ ਬੜਾ ਤਸ਼ੱਦਦ ਹੋਇਆ ਉਸ ਸਮੇਂ ਜਦੋਂ ਬੇਅਦਬੀ ਹੋਈ, ਪਰ ਉਹਨਾਂ ਨੇ ਸਿਰ ਨਹੀਂ ਸੱਜਿਆ, ਲਗਾਤਾਰ ਇਸ ਮੋਰਚੇ ਦਾ ਸਮਰਥਨ ਤੇ ਲਗਾਤਾਰ ਸੇਵਾਵਾਂ, ਬਹੁਤ ਕੁਝ ਸਰਕਾਰਾਂ ਨੇ ਕੀਤਾ, ਝੂਠੇ ਮੁਕਦਮੇ ਪਾ ਕੇ ਸਾਨੂੰ ਹੀ ਜੇਲ੍ਹਾਂ 'ਚ ਡੱਕਿਆ, ਜਬਰ ਕੀਤਾ ਸਾਡੇ ਸਿੰਘਾਂ ਤੇ, ਪਰ ਅੱਜ ਸੱਚ ਸਾਹਮਣੇ ਆ ਰਿਹਾ ਕਿ ਸੌਦਾ ਸਾਹਿਬ ਤੇ ਉਹਦੇ ਪੈਰੋਕਾਰਾਂ ਨੇ ਬੇਅਦਬੀ ਕੀਤੀ ਤੇ ਅਕਾਲੀ ਭਾਜਪਾ ਸਰਕਾਰ ਨੇ ਛਤਰ ਛਾਇਆ ਦਿੱਤੀ। ਇਹ ਸਾਰਾ ਕੁਝ ਤੁਹਾਡੇ ਸਾਹਮਣੇ ਆ ਰਿਹਾ। ਅੱਜ ਉਹਨਾਂ ਦੇ ਗੁਨਾਹ ਤੇ ਪਾਪ ਕੰਮ ਦੇ ਲੁਕਾਉਂਦੇ ਫਿਰਦੇ ਆ, ਪਰ ਪਾਪ ਗੁਣਾ ਲੁਕਣੇ ਨਹੀਂ ਆ, ਇਹ ਤਾਂ ਪ੍ਰਗਟ ਹੋਣੇ ਆ ਸਾਰੇ ਸਮੇਂ ਦੇ ਨਾਲ, ਕਿਉਂਕਿ ਸਤਿਗੁਰ ਕਹਿੰਦੇ ਕੂੜ ਨਖੋਟੇ ਨਾਨਕਾ ਓੜਕ ਸੱਚ ਰਹੀ, ਓੜਕ ਨੂੰ ਸੱਚ ਸਾਰਿਆਂ ਦੇ ਸਾਹਮਣੇ ਆਉਣਾ। ਅੱਜ ਉਹਨਾਂ ਨੇ ਉਹ ਸੱਚ ਸਾਹਮਣੇ ਲਿਆਉਣ ਵਾਲੇ ਭਾਈ ਗੁਰਮੁਖ ਸਿੰਘ ਨੂੰ, ਕਿਉਂਕਿ ਉਹਨੇ ਪਹਿਲਾਂ ਜਥੇਦਾਰ ਹੁੰਦਿਆਂ ਜਦੋਂ ਵੇਲਾ ਸੀਗਾ ਉਦੋਂ ਤੇ ਦਸਕਤਾਂ ਤੋਂ ਮੁੱਕਰਿਆ ਨੀ, ਪਛਾਣ ਨੀ ਹਟਿਆ ਵੀ ਸੌਦਾ ਸਾਧ ਨੂੰ ਮੈਂ ਨੀ ਮਾਫ਼ ਕਰਦਾ, ਪਰ ਚਲੋ
ਫੇਰ ਆਏ ਦਰੁਸਤ ਆਏ ਬਾਅਦ ਵਿੱਚ ਮਾਫ਼ੀਨਾਮਾ ਦੇਣ ਤੋਂ ਬਾਅਦ ਸੱਚ ਦੱਸਿਆ ਵੀ ਕਿਵੇਂ ਸਾਨੂੰ ਬਾਦਲਾਂ ਨੇ ਚੰਡੀਗੜ੍ਹ ਸੱਦਿਆ ਤੇ ਕਿਵੇਂ ਗਿੱਦੜ ਚਿੱਠੀ ਫੜਾਈ ਤੇ ਆਖਿਆ ਸੌਦਾ ਸਾਧ ਨੂੰ ਮਾਫ਼ ਕਰ ਦਿਓ। ਉਹ ਸਾਰਾ ਸੱਚ ਫਿਰ ਬਾਅਦ ਵਿੱਚ ਜਦੋਂ ਕੌਮ ਸਾਹਮਣੇ ਰੱਖਿਆ, ਪਰ ਕਹਿੰਦੇ ਦੇਰ ਨਾਲ ਬੋਲਿਆ ਸੱਚ ਵੀ ਸੱਚ ਨਹੀਂ ਹੁੰਦਾ, ਭਾਵੇਂ ਕੌਮ ਨੇ ਬਹੁਤਾ ਖਿਆਲ ਨਹੀਂ ਕੀਤਾ। ਪਰ ਅੱਜ ਜਿਹੜੀ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਗਈ ਆ ਸਰਕਾਰ ਕੋਲੇ ਸਬਮਿਟ ਹੋਈ ਆ, ਉਹਦੇ ਵਿੱਚ ਉਸਦੇ ਉਹਦੇ ਭਰਾ ਦੇ ਬਿਆਨ ਹਿੰਮਤ ਸਿੰਘ ਦੇ ਦਰਜ ਕੀਤੇ ਤੇ ਇੱਕ ਸਰਕਾਰੀ ਗਵਾਹ ਦੀ ਤਰ੍ਹਾਂ ਜਥੇਦਾਰ ਦਮਦਮਾ ਸਾਹਿਬ ਸਾਬਕਾ ਉਹ ਸਾਹਮਣੇ ਆਇਆ ਬਾਦਲਾਂ ਦੇ ਪਾਪ ਕੰਬੇ ਤੇ ਉਹਨਾਂ ਨੇ ਦੁਬਾਰਾ ਉਹਨੂੰ ਵਰਗ ਲਾ ਕੇ ਹੁਣ ਫੇਰ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਹੈੱਡ ਗ੍ਰੰਥੀ ਲਾ ਦਿੱਤਾ। ਕਹਿੰਦੇ ਤੈਨੂੰ ਹੈੱਡ ਗ੍ਰੰਥੀ ਲਾ ਦਿੰਦੇ ਆ ਪਰ ਸਾਡਾ ਸੱਚ ਨਾ ਦੱਸ। ਇਹ ਅੱਜ ਦੀ ਘਟਨਾ ਅੱਜ ਤੁਹਾਡੇ ਸਾਹਮਣੇ ਸਾਰਾ ਕੁਝ, ਕਿਉਂਕਿ ਉਹਨੇ ਜਸਟਿਸ ਨੂੰ ਰਿਪੋਰਟ ਦੇ ਦਿੱਤੀ ਸੀ, ਸਾਰੀ ਬਿਆਨ ਦੇ ਦਿੱਤੇ ਸੀ ਕਿਵੇਂ ਮਾਫ਼ੀਨਾਮੇ ਵਾਸਤੇ ਸਾਨੂੰ ਬਾਦਲਾਂ ਨੇ ਕਿਹਾ, ਕਿਵੇਂ ਗੁਰਬਚਨ ਸਿੰਘ ਕਾਰਜ ਬਿਠਾ ਕੇ ਲਗਿਆ। ਇਹ ਸਾਰਾ ਸੱਚ ਜਦੋਂ ਜਾਂਚ ਰਿਪੋਰਟ ਚ ਆ ਗਿਆ ਤੇ ਸਰਕਾਰੀ ਗਵਾਹ ਬਣ ਰਿਹਾ ਸੀ ਗੁਰਮੁਖ ਸਿੰਘ ਤੇ ਬਾਦਲਾਂ ਦੇ ਪਾਪ ਕੰਬੇ, ਉਹ ਕਹਿੰਦੇ ਭਰਾਵਾ ਤੈਨੂੰ ਜਥੇਦਾਰ ਲਾ ਦਿੰਦੇ ਆ ਪਰ ਤੂੰ ਸਾਡੇ ਤੇ ਗਵਾਹ ਨਾ ਬਣ। ਦੁਬਾਰਾ ਉਹਨੇ ਜਥੇਦਾਰੀ ਲੈ ਲਈ ਤੇ ਕੌਮ ਨੂੰ ਫੇਰ ਪਿੱਠ ਦਿਖਾ ਦਿੱਤੀ ਤੇ ਬਾਦਲਾਂ ਦੇ ਪਾਪ ਕੰਬੇ ਉਹ ਬਥੇਰਾ ਤੁਰੇ ਫਿਰਦੇ ਆ। ਆ ਜਿਹੜੀਆਂ ਸਾਡੇ ਨਾਲ ਜਥੇਬੰਦੀਆਂ, ਆ ਜਿਹੜੇ ਆਗੂ ਸੰਤ ਮਹਾਂਪੁਰਸ਼ ਲੱਗੇ ਆ, ਕੱਲੇ ਕੱਲੇ ਨੂੰ ਤੋੜਦੇ ਫਿਰਦੇ ਆ ਬਾਦਲ ਕੇ ਲਾਲਚ ਡਰਾਵੇ ਬਈ ਸਾਡੀ ਸਰਕਾਰ ਆ ਜਾਣੀ, ਐ ਕਰਾਂਗੇ ਐ ਕਰਾਂਗੇ। ਪਰ ਗੁਰਮੁਖ ਪਿਆਰੇ ਕਹਿੰਦੇ ਹੁੰਦੇ ਉਹ ਦਿਨ ਡੁੱਬਾ ਜਦ ਘੋੜੀ ਚੜਿਆ ਕੁੱਬਾ, ਇਹਨਾਂ ਨੂੰ ਆਪਣੇ ਹੁਣ ਗੁਣਾ ਜਿਹੜੇ ਆ ਉਹਨਾਂ ਦੇ ਸਜ਼ਾ ਭੁਗਤਣ ਵਾਸਤੇ ਤਿਆਰ ਰਹਿਣਾ ਚਾਹੀਦਾ, ਸਰਕਾਰਾਂ ਦੇ ਸੁਪਨੇ ਛੱਡ ਦੇਣੇ ਚਾਹੀਦੇ ਆ। ਹੁਣ ਕੈਪਟਨ ਸਰਕਾਰ ਵੀ ਜੋ ਇਹਨਾਂ ਦੀ ਬਣਦੀ ਜਗ੍ਹਾ ਜੇਲ੍ਹ ਦੀਆਂ ਸਲਾਖਾਂ ਪਿੱਛੇ ਇਹਨਾਂ ਗੁਨਾਹਗਾਰਾਂ ਨੂੰ ਡੱਕੇ, ਅਸੀਂ ਪਹਿਲੇ ਦਿਨ ਤੋਂ ਕਹਿ ਰਹੇ ਆ ਕਿ ਕਿਸੇ ਬੇਗੁਨਾਹ ਦੇ ਗੁਰਮੁਖ ਪਿਆਰੇ ਤਸ਼ੱਦਦ ਨਹੀਂ ਹੋਣਾ ਚਾਹੀਦਾ, ਕਿਸੇ ਬੇਗੁਨਾਹ ਨੂੰ ਸਜ਼ਾ ਨਹੀਂ ਹੋਣੀ ਚਾਹੀਦੀ ਤੇ ਗੁਨਾਹਗਾਰ ਬਖਸ਼ਿਆ ਨਹੀਂ ਜਾਣਾ ਚਾਹੀਦਾ, ਭਾਵੇਂ ਉਹ ਮੰਤਰੀ ਹੋਵੇ ਮੁੱਖ ਮੰਤਰੀ ਹੋਵੇ ਤੇ ਭਾਵੇਂ ਕਿੱਡਾ ਵੱਡਾ ਅਫਸਰ ਹੋਵੇ, ਗੁਨਾਹਗਾਰ ਬਖਸ਼ਿਆ ਨਾ ਜਾਵੇ। ਕੋਈ ਵੀ ਗੁਨਾਹਗਾਰਾਂ ਨੂੰ ਸਰਕਾਰ ਸਜ਼ਾ ਦੇਵੇ। ਸੋ ਆਓ ਇਨਸਾਫ਼ ਦੀ ਆਵਾਜ਼ ਨੂੰ ਬੁਲੰਦ ਕਰੀਏ। ਆ ਸੱਚ ਤੁਹਾਡੇ ਸਾਹਮਣੇ ਆ ਰਿਹਾ ਕਿਵੇਂ ਬਾਦਲਾਂ ਨੇ ਬੇਅਦਬੀ ਕਰਾਈ, ਕਿਵੇਂ ਛਤਰ ਛਾਇਆ ਦਿੱਤੀ ਤੇ ਕਿਵੇਂ ਸੱਚ ਸੌਦਾ ਸਾਧ ਨੂੰ ਮਾਫ਼ੀ ਦਿੱਤੀ ਤੇ ਜੇ ਉਹ ਜਸਟਿਸ ਰਣਜੀਤ ਸਿੰਘ ਕੋਲੇ ਗਿਆ ਤੇ ਮੁੜ ਉਹਨੂੰ ਜਥੇਦਾਰੀ ਦਾ ਲਾਲਚ, ਹੈੱਡ ਗ੍ਰੰਥੀ ਦਾ ਲਾਲਚ ਦੇ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਲਾ ਲਿਆ ਕਿ ਸਾਡੇ ਤੇ ਸਰਕਾਰੀ ਗਵਾਹ ਨਾ ਵਾਅਦਾ ਮਾਫ਼ ਗਵਾਹ ਨਾ ਬਣ ਜਾਵੇ। ਇਹ ਸਭ ਕੁਝ ਤੁਹਾਡੇ ਸਾਹਮਣੇ ਆ, ਪਰ ਆਓ ਆ ਪੰਥ ਖਾਲਸਾ ਇਹ ਸਵਾਰਥਾਂ ਪਦਾਰਥਾਂ ਤੋਂ ਉੱਪਰ ਉੱਠ ਕੇ, ਲੋਭ ਲਾਲਚਾਂ ਤੋਂ ਉੱਪਰ ਉੱਠ ਕੇ ਗੁਰਮੁਖ ਪਿਆਰੇ ਇਨਸਾਫ਼ ਦੀ ਆਵਾਜ਼ ਨੂੰ ਬੁਲੰਦ ਕਰ ਰਿਹਾ ਕਰੇਗਾ, ਪੂਰੇ ਪੰਥ ਦਾ ਸਹਿਯੋਗ। ਭਾਈ ਜਸਕਰਨ ਸਿੰਘ ਕਹਿ ਰਹੇ ਗੋਬਤ ਸੇਵਾ ਆਈ ਹੈ, ਸੇਵਾਵਾਂ ਆ ਰਹੀਆਂ ਨੇ, ਸਿੱਖ ਆਪਣਾ ਨਾਂ ਹੀ ਨਹੀਂ ਦੱਸਣਾ ਚਾਹੁੰਦੇ, ਕਹਿੰਦੇ ਗੋਬਤ ਸੇਵਾ, ਪਰ ਅਸੀਂ ਫਿਰ ਵੀ ਇਹਨਾਂ ਦੇ ਨਾਂ ਅਨਾਊਂਸ ਕਰਦੇ ਹਾਂ, ਕਿਸੇ ਤਰ੍ਹਾਂ ਦਾ ਓਹਲਾ ਨਾ ਰਹੇ। ਤੇ ਜਦੋਂ ਇੱਦਾਂ ਦੇ ਸਿੱਖ ਮਾਈ ਭਾਈ ਜਿਹੜੀਆਂ ਬੀਬੀਆਂ ਬਰਤਨ ਦੀ ਸੇਵਾ ਕਰਦੀਆਂ ਨੇ, ਜਿਹੜੇ ਲੰਗਰ ਬਰਾਉਂਦੇ ਵਰਤਾਉਂਦੇ, ਉਹਨਾਂ ਦਾ ਕੋਈ ਸਿਆਸੀ ਮੁਫਾਦ ਨਹੀਂ ਹੈ, ਉਹ ਸਾਰੇ ਸੇਵਾਦਾਰ ਨੇ। ਤੇ ਜਦੋਂ ਇੱਦਾਂ ਦੇ ਸੇਵਾਦਾਰ ਕਾਫਲੇ ਬੰਨ ਕੇ ਆਉਣ ਲੱਗ ਜਾਣ ਤੇ ਸੇਵਾ ਚ ਡਟ ਜਾਣ ਤੇ ਆਪਣਾ ਦਸਵੰਧ ਕੱਢਣ ਲੱਗ ਜਾਣ, ਉਹ ਮੋਰਚਾ ਕਦੇ ਫੇਲ ਨਹੀਂ ਹੁੰਦਾ, ਉਹ ਚੜ੍ਹਦੀ ਕਲਾ ਦੇ ਨਾਲ ਸਫਲ ਹੁੰਦਾ। ਮੈਂ ਹੁਣੇ ਭਾਈ ਧਿਆਨ ਸਿੰਘ ਮੰਡ ਦੇ ਨਾਲ
ਬਚਨ ਸਾਂਝਾ ਕਰ ਰਿਹਾ ਸੀ। ਆ ਕੱਲ ਪਰਸੋਂ ਮੈਨੂੰ ਇੱਕ ਸਿੰਘ ਇਟਲੀ ਚ, ਮੈਂ ਕਈ ਵਾਰ ਉੱਥੇ ਦੀਵਾਨ ਲਾ ਕੇ ਆਇਆ ਇਟਲੀ ਦੇ ਅੰਦਰ, ਤੇ ਇੱਕ ਨੌਜਵਾਨ ਨਾਲੇ ਕਲੀਨ ਸੇਵ ਤੇ ਗਾਵਾਂ ਦੇ ਸਟਾਲੇ ਚ ਕੰਮ ਕਰ ਰਿਹਾ, ਗਾਵਾਂ ਨੂੰ ਪੱਠੇ ਪਾਉਣੇ, ਉਹਨਾਂ ਨੂੰ ਖੁਰਾਕ ਪਾਉਣੀ, ਸੰਭਾਲਣਾ, ਤੇ ਮੈਨੂੰ ਲਾਈਵ ਹੋ ਕੇ ਨਾਲੇ ਉਹਨੇ ਸਾਰਾ ਉੱਧਰ ਸਟਾਲਾ ਸਟਾਲਾ ਕਹਿ ਦਿੰਦੇ ਆ ਜਿਹੜਾ ਗਾਵਾਂ ਦਾ ਫਾਰਮ ਆ, ਤੇ ਗਾਵਾਂ ਦੇ ਫਾਰਮ ਤੇ ਕੰਮ ਕਰ ਰਿਹਾ, ਨਾਲੇ ਮੈਨੂੰ ਦਿਖਾਇਆ ਨੌਜਵਾਨ ਕਲੀਨ ਸੇਵ ਕਰ, ਕਹਿੰਦਾ ਮੈਂ ਲੰਗਰ ਲਈ ਸੇਵਾ ਕਰਨੀ ਆ, ਤੇ 10,000 ਰੁਪਇਆ ਉਹਨੇ ਇਸ ਗੁਰੂ ਦੇ ਲੰਗਰ ਲਈ ਭੇਜਿਆ, ਜੋ ਮੈਂ ਹੁਣੇ ਭਾਈ ਧਿਆਨ ਸਿੰਘ ਮੰਡ ਹੋਣਾ ਦੇ ਹਵਾਲੇ ਕੀਤੀ ਉਹਨਾਂ ਦੀ ਸੇਵਾ। ਜਦੋਂ ਇਦਾਂ ਦੇ ਸੇਵਾਦਾਰ ਗੁਰਮੁਖ ਪਿਆਰੇ ਕਿਰਤ ਕਰਨ ਵਾਲੇ, ਜਿਹੜੇ ਮੱਝਾਂ ਗਾਵਾਂ ਨੂੰ ਕੱਖ ਪਾਉਣ ਵਾਲੇ ਦੇਸ਼ ਵਿਦੇਸ਼ਾਂ ਚ ਸੇਵਾਦਾਰ ਸੇਵਾ ਚ ਜੁਟ ਜਾਣ, ਫਿਰ ਨਾ ਪ੍ਰਬੰਧਾਂ ਚ ਕੋਈ ਕਮੀ ਰਹਿੰਦੀ ਆ, ਨਾ ਲੰਗਰਾਂ ਚ ਕਮੀ, ਤੇ ਖਾਵੇ ਖਰਚੇ ਰਲ ਮਿਲ ਭਾਈ ਟੋਟ ਨਾ ਆਵੇ ਵੱਧ ਜਾਈ, ਤੇ ਨਾ ਗੁਰਮੁਖ ਪਿਆਰੇ ਕੋਈ ਮੋਰਚੇ ਨੂੰ ਫੇਲ ਕਰ ਸਕਦਾ। ਇਹੋ ਜਿਹੇ ਸੇਵਾਦਾਰ ਜਿਹੜੇ ਆਪਣੀਆਂ ਕਿਰਤ ਕਮਾਈਆਂ ਚੋਂ ਆਪ ਦਿਨ ਰਾਤ ਮਿਹਨਤ ਕਰਦੇ ਆ, ਮੱਝਾਂ ਗਾਵਾਂ ਨੂੰ ਕੱਖ ਪਾ ਕੇ ਆਪਣਾ ਦਸਵੰਧ ਕੱਢਦੇ ਇਸ ਮੋਰਚੇ ਵਾਸਤੇ, ਜਦੋਂ ਇੱਦਾਂ ਦੇ ਸੇਵਾਦਾਰ ਜੁਟ ਜਾਣ, ਫਿਰ ਕਿਹੜੀਆਂ ਸਰਕਾਰਾਂ ਮੋਰਚੇ ਨੂੰ ਫੇਲ ਕਰ ਦੇਣਗੀਆਂ, ਤੇ ਕਿਹੜੀਆਂ ਸਰਕਾਰਾਂ ਜਿਹੜੀਆਂ ਮੰਗਾਂ ਮੰਨਣ ਲਈ ਮਜਬੂਰ ਨਹੀਂ ਹੋਣਗੀਆਂ। ਸਵਾਲ ਮੈਂ ਬਹੁਤੇ ਵਿਸਥਾਰ ਵਿੱਚ ਨਾ ਜਾਵਾਂ, ਬੜੀਆਂ ਲੱਖਾਂ ਦੀਆਂ ਸੇਵਾਵਾਂ ਕਰਨ ਵਾਲੇ ਵੀ ਸੇਵਾਦਾਰ ਨੇ ਇੱਥੇ ਨਾ ਅਨਾਉਂਸ ਹੋਏ ਆ, ਪਰ ਮੈਂ ਉਹ ਸਿੱਖ ਦਾ ਵਿਸ਼ੇਸ਼ ਕਰਕੇ ਨਾ ਗੁਰਮੁਖੋ ਦੇਖੋ, ਆਪ ਇੰਨੀ ਮਿਹਨਤ ਕਰਨ ਵਾਲਾ ਸਿੱਖ ਵਿਦੇਸ਼ਾਂ ਚ ਕੋਈ ਪੈਸੇ ਪਾਉਣ ਜਾਂ ਡਾਲਰ ਦਰਖਤਾਂ ਨੂੰ ਨਹੀਂ ਲੱਗਦੇ ਵੀ ਦਰਖਤ ਝਾੜਿਆ ਤੇ ਹੇਠਾਂ ਝਾੜੂਆਂ ਇਕੱਠੇ ਕਰ ਲੇ, ਮਿਹਨਤ ਕਰਕੇ ਗੁਰਮੁਖ ਪਿਆਰੇ ਦਿਨ ਰਾਤ ਖੜੇ ਪੈਰ ਕੰਮ ਕਰਦੇ ਆ, ਦਿਨ ਰਾਤ ਦੀਆਂ ਜੋਬਾਂ ਕਰਕੇ, ਤੇ ਆਪਣੇ ਪੰਥ ਲਈ ਗ੍ਰੰਥ ਲਈ ਆਪਣੇ ਪੰਜਾਬ ਲਈ ਹਮੇਸ਼ਾ ਚਿੰਤਿਤ ਰਹਿੰਦੇ ਆ ਗੁਰਮੁਖ ਪਿਆਰੇ, ਤੇ ਆਪਣਾ ਹਿੱਸਾ ਸੇਵਾਵਾਂ ਕਰਦੇ ਆ। ਬਹੁਤ ਸਾਰੇ ਸਿੱਖ ਜਿਨ੍ਹਾਂ ਦੇ ਨਾਂ ਇੱਥੇ ਅਨਾਉਂਸ ਹੋਏ, ਜਿਨ੍ਹਾਂ ਨੇ ਪਹਿਲੇ ਦਿਨ ਤੋਂ ਸੇਵਾਵਾਂ ਇੱਥੇ ਭੇਜੀਆਂ ਨੇ, ਗੁਰਮੁਖ ਪਿਆਰੇ ਪੂਰਾ ਪੰਥ ਇਸ ਮੋਰਚੇ ਨਾਲ ਭਾਵਨਾਵਾਂ ਜੋੜ ਕੇ ਬੈਠਾ, ਦੇਸ਼ ਵਿਦੇਸ਼ਾਂ ਚ ਵੱਸਦੇ ਸਿੱਖ ਸਿੱਖ ਜਥੇਬੰਦੀਆਂ ਇਸ ਮੋਰਚੇ ਨੂੰ ਆਪਣਾ ਸਮਰਥਨ ਕਰ ਰਹੇ ਆ। ਗੁਰੂ ਕਿਰਪਾ ਕਰੇ ਪੰਥ ਦੇ ਸਹਿਯੋਗ ਦੇ ਨਾਲ ਇਹ ਮੋਰਚਾ ਆਪਣੀਆਂ ਤਿੰਨੇ ਮੰਗਾਂ ਮਨਵਾ ਕੇ ਸਫਲਤਾ ਦੇ ਨਾਲ ਸਮਾਪਤ ਹੋਵੇਗਾ। ਆਓ ਇਨਸਾਫ ਦੀ ਆਵਾਜ਼ ਨੂੰ ਬੁਲੰਦ ਕਰਨ ਲਈ ਆਪਣੀਆਂ ਤਿੰਨੇ ਮੰਗਾਂ ਨੂੰ ਦੁਹਰਾ ਦਈਏ, ਤਾਂ ਕਿ ਚੰਡੀਗੜ੍ਹ ਚ ਬੈਠੇ ਤੇ ਦਿੱਲੀ ਚ ਬੈਠੇ ਮੋਦੀ ਸਰਕਾਰ ਤੇ ਕੈਪਟਨ ਸਰਕਾਰ ਦੇ ਬੋਲੇ ਕੰਨਾਂ ਤੱਕ ਆਵਾਜ਼ ਪਹੁੰਚ ਜਾਵੇ ਕਿ ਇਹਨਾਂ ਨੇ ਝੂਠੀਆਂ CBI ਦੀਆਂ ਜਾਂਚਾਂ ਨਾਲ ਨਹੀਂ ਮੰਨਣਾ, ਇਹਨਾਂ ਨੂੰ ਇਨਸਾਫ ਦੇਣਾ ਪੈਣਾ। ਨਾਲੇ ਪੰਥਕ ਨਾਰਿਆਂ ਦੇ ਵਿੱਚ ਆਪਣੀ ਆਵਾਜ਼ ਨੂੰ ਬੁਲੰਦ ਕਰੀਏ, ਕੋਈ ਬਾਂਹ ਹੇਠਾਂ ਨਾ ਰਹੇ ਤੇ ਕੋਈ ਰਸਨਾ ਵਾਂਝੀ ਨਾ ਰਹੇ, ਸਾਰੇ ਬੁਲੰਦ ਆਵਾਜ਼ ਵਿੱਚ ਆਓ, ਸਾਰੇ ਮਾਈ ਭਾਈ ਇਨਸਾਫ ਦੀ ਆਵਾਜ਼ ਨੂੰ ਬੁਲੰਦ ਕਰੀਏ, ਨਾਰਿਆਂ ਦੇ ਵਿੱਚ ਸਾਰੇ ਸ਼ਾਮਲ ਹੋਵੋ, ਬੇਅਦਬੀ ਦੇ ਦੋਸ਼ੀਆਂ ਨੂੰ ਗ੍ਰਿਫਤਾਰ ਕਰੋ, ਬੇਅਦਬੀ ਦੇ ਦੋਸ਼ੀਆਂ ਨੂੰ ਗ੍ਰਿਫਤਾਰ ਕਰੋ, ਬਾਈਬਲ ਕਾਂਡ ਦੇ ਦੋਸ਼ੀਆਂ ਨੂੰ ਗ੍ਰਿਫਤਾਰ ਕਰੋ, ਸਿੰਘਾਂ ਨੂੰ ਸ਼ਹੀਦ ਕਰਨ ਵਾਲੇ ਦੋਸ਼ੀਆਂ ਨੂੰ ਗ੍ਰਿਫਤਾਰ ਕਰੋ, ਬੰਦੀ ਸਿੰਘ ਰਿਹਾ ਕਰੋ, ਬੰਦੀ ਸਿੰਘ ਰਿਹਾ ਕਰੋ, ਰਾਜ ਕਰੇਗਾ, ਰਾਜ ਕਰੇਗਾ, ਪੰਥ ਕੀ, ਪੰਥ ਕੀ, ਝੂਲ ਤੇ ਨਿਸ਼ਾਨ ਰਹੇ।
ਚੂੜ ਤੇ ਨਿਸ਼ਾਨ ਰਹੇ, ਲਾਗ ਤੇ ਦੀਵਾਨ ਰਹੇ, ਲਾਗ ਤੇ ਦੀਵਾਨ ਰਹੇ। ਅਕਾਲ ਤਖ਼ਤ ਮਹਾਨ ਹੈ, ਬੁਲੰਦ ਆਵਾਜ਼ ਵਿੱਚ ਅਕਾਲ ਤਖ਼ਤ ਮਹਾਨ ਹੈ, ਬਰਗਾੜੀ ਇਨਸਾਫ ਮੋਰਚਾ, ਬਰਗਾੜੀ ਇਨਸਾਫ ਮੋਰਚਾ। ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲੇ, ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲੇ, ਬਾਦਲ ਪਰਵਾਰ, ਬਾਦਲ ਸਰਕਾਰ, ਕੈਪਟਨ ਸਰਕਾਰ। ਇਹਨੂੰ ਤਾਂ ਮੁਰਦਾਬਾਦ ਕਹਿ ਰਹੇ ਕਿਉਂਕਿ ਬਾਦਲਾਂ ਦੇ ਰਾਹ ਤੇ ਚੱਲ ਰਹੀ ਆ, ਸੀਬੀਆਈ ਦੀਆਂ ਜਾਂਚਾਂ ਲਾ ਕੇ ਲਮਕਾਉਣਾ ਚਾਹੁੰਦੇ ਆ। ਜੇ ਇਨਸਾਫ ਨਾ ਦਿੱਤਾ ਤੇ ਵੀ ਮੁਰਦਾਬਾਦ, ਇਸ ਕਰਕੇ ਆਓ ਬੁਲੰਦ ਆਵਾਜ਼ ਵਿੱਚ ਕੈਪਟਨ ਸਰਕਾਰ। ਬੋਲੋ ਆਓ ਖਾਲਸਾ ਜੀ। ਸਾਰੇ ਮਹਾਂਪੁਰਸ਼ਾਂ ਦਾ, ਸੰਗਤਾਂ ਦਾ, ਸੇਵਾਦਾਰਾਂ ਦਾ, ਦੇਸ਼ ਵਿਦੇਸ਼ ਤੋਂ ਜੋ ਸੰਗਤਾਂ ਸਹਿਯੋਗ ਕਰ ਰਹੀਆਂ, ਤਨ ਮਨ ਧਨ ਦੇ ਨਾਲ ਸੇਵਾਵਾਂ ਕਰ ਰਹੀਆਂ, ਸਾਰੇ ਜਥੇਦਾਰ ਸਾਹਿਬਾਨਾਂ ਵੱਲੋਂ ਦਿਲ ਦੀਆਂ ਗਹਿਰਾਈਆਂ ਚੋਂ ਧੰਨਵਾਦ ਹੈ। ਬੇਨਤੀ ਪ੍ਰਵਾਨ ਕਰਿਓ ਸਾਰਿਆਂ ਨੇ, ਰੁੱਖ ਲਾਉਣੇ ਆ, ਬੂਟੇ ਲਾਉਣੇ ਆ, ਪਿੱਪਲ, ਬੋੜ, ਨਿੰਮਾ, ਹੋਰ ਜਿੰਨੇ ਵੀ ਲਾ ਸਕਦੇ, ਘਰਾਂ ਚ, ਜ਼ਮੀਨਾਂ ਚ, ਪਿੰਡਾਂ ਚ, ਸੜਕਾਂ ਤੇ, ਇਨਵਾਇਰਮੈਂਟ ਨੂੰ ਗੁਰਮੁਖ ਪਿਆਰਿਓ ਸਾਫ਼ ਸੁਥਰਾ ਰੱਖਣ ਲਈ ਔਰ ਸੇਵਾ ਕਰਨ ਵਾਸਤੇ ਇਹ ਵੀ ਤਿਆਰ ਰਹਿਣਾ। ਕੱਲ ਨੂੰ ਅੰਮ੍ਰਿਤ ਸੰਚਾਰ, ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣਨਾ, ਔਰ ਜਦੋਂ ਇਦਾਂ ਦੇ ਸਿੱਖ, ਕਿਰਤੀ ਸਿੱਖ ਆਪਣਾ ਦਸਵੰਦ ਕੱਢਣ ਲੱਗ ਜਾਣ, ਫਿਰ ਉਹ ਮੋਰਚਾ ਸਫਲ ਹੀ ਹੁੰਦਾ। ਸਫਲ ਪਈ ਯਾਤਰਾ, ਗੁਰੂ ਕਿਰਪਾ ਕਰੇ ਮੋਰਚਾ ਸਫਲ ਹੋਵੇਗਾ। ਸਭ ਦਾ ਧੰਨਵਾਦ, ਇਹ ਵੀ ਸਾਰਾ ਕੁਝ ਖਿਆਲ ਚ ਰੱਖਣਾ ਤੇ ਜਿਹੜੇ ਬਾਦਲਾਂ ਦੇ ਪਾਪ ਕੰਬ ਰਹੇ ਆ ਤੇ ਸਰਕਾਰੀ ਗਵਾਹ ਬਣਦੇ ਗੁਰਮੁਖ ਸਿੰਘ ਨੂੰ ਦੁਬਾਰਾ ਹੈੱਡ ਗ੍ਰੰਥੀ ਲਾ ਰਹੇ ਆ, ਇਹ ਵੀ ਸਾਰਿਆਂ ਦਿਲ ਤੇ ਦਿਮਾਗ ਚ ਰੱਖਣਾ ਕਿ ਹੁਣ ਸਾਰਾ ਕੁਝ ਨੰਗੇ ਚਿੱਟੇ ਦਿਨ ਵਾਂਗੂ ਆ ਕਿ ਬਾਦਲਾਂ ਦੇ ਰਾਹ ਚ ਬੇਅਦਬੀ ਹੋਈ, ਛਾਦਰ ਛਾਇਆ ਦਿੱਤੀ ਉਹਨਾਂ ਨੇ ਉਸ ਝੂਠੇ ਸੌਦੇ ਤੇ ਉਹਦੇ ਪੈਰੋਕਾਰਾਂ ਨੂੰ, ਤੇ ਜਿਨ੍ਹਾਂ ਤੋਂ ਮਾਫ਼ੀਨਾਮਾ ਕਰਵਾਇਆ, ਆਪ ਹੀ ਮਾਫ਼ੀ ਦਵਾਈ, ਸਾਰਾ ਕੁਝ ਤੁਹਾਡੇ ਸਾਹਮਣੇ ਆ। ਉਹ ਜਿਹੜੇ ਪੰਥ ਦੇ ਸੇਵਾਦਾਰ ਨੇ ਉਹਨਾਂ ਨੂੰ ਵੀ ਪਛਾਣੋ, ਤੇ ਜਿਹੜੇ ਪੰਥ ਦੇ ਗਦਾਰ ਨੇ ਉਹਨਾਂ ਨੂੰ ਵੀ ਪਛਾਣ ਕੇ, ਤੇ ਉਹਨਾਂ ਤੋਂ ਆਪਣੇ ਗੁਰਦੁਆਰਿਆਂ, ਗੁਰਧਾਮਾਂ, ਆਪਣੇ ਤਖ਼ਤਾਂ ਨੂੰ, ਪੰਥ ਨੂੰ ਆਜ਼ਾਦ ਕਰਾਉਣਾ, ਇਹ ਬੇਨਤੀਆਂ ਪ੍ਰਵਾਨ ਕਰੇ। ਭੁੱਲਾਂ ਚੁੱਕਾਂ ਦੀ ਖਿਮਾ, ਕੱਲ ਨੂੰ ਐਤਵਾਰ ਵਹੀਰਾਂ ਘੱਤ ਕੇ ਇਸੇ ਤਰ੍ਹਾਂ ਲਗਾਤਾਰ ਜਥੇ ਬਰਗਾੜੀ ਦੀ ਦਾਣਾ ਮੰਡੀ ਵਿੱਚ ਪਹੁੰਚੋ। ਜਿਹੜੇ ਅਜੇ ਤੱਕ ਨਹੀਂ ਆਏ ਉਹ ਵੀ ਸਿੱਖ ਹਾਜ਼ਰੀਆਂ ਲਵਾਓ ਤੇ ਗੁਰੂ ਦੀਆਂ, ਪੰਥ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਭੁੱਲਾਂ ਚੁੱਕਾਂ ਦੀ ਖਿਮਾ, ਗੱਜ ਕੇ ਫਤਿਹ ਬੁਲਾਓ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਜੋ ਸਟੇਜ ਦੀ ਸੇਵਾ ਨਿਭਾ ਰਹੇ ਉਹਨਾਂ ਪਾਸਾਂ ਅਗਲਾ ਪ੍ਰੋਗਰਾਮ ਸਰਵਣ ਕਰੋ। ਲੰਗਰ ਪ੍ਰਸ਼ਾਦਾ ਬਣੀ ਛਕ ਕੇ ਮੁੜ ਦੀਵਾਨਾਂ ਦੀਆਂ ਹਾਜ਼ਰੀਆਂ, ਆਏ ਜਥਿਆਂ ਪਾਸੋਂ ਕਥਾ ਕੀਰਤਨ ਸਰਵਣ ਕਰਕੇ ਲਾਹਾ ਪ੍ਰਾਪਤ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ